हाँ जी सत श्री अकाल जी, किदा हाल चाल? होप सारे जने कैंट होंगे। एक होर नवी प्रैंक कॉल वीडियो लैके आए, तुम इस हस हस कमले होना हो सके तो दवाई दवुई लैके रखियो ढिड की। जे नवे आए चैनल तो सबसक्राइब कर लो, थे इंस्टाग्राम का लिंक दिता हुआ, उत्थे भी फॉलो कर लियो। तो प्रैंक कॉल कर दें शुरू, एंड तक जरूर सुनियो, मजा आ जाओ तुहानू। चलो शुरू कर दें। होर भी मेरे शेर वग्या, मिला दे कॉल फिर इंश्योरेंस वाले। फोन बहुत लेट चक। हेलो हेलो, मिस्टर चरसिया बोल दे भाई? हाँ जी सर। ओही तू जेड़ा भाई, तू इंश्योरेंस का करदा वा? जी जी सर, मैं इंश्योरेंस का काम ही करदा। दसो भाई, इंश्योरेंस करानी सी एक। हाँ जी सर, तनु मेरा नंबर किने दिता? ओ भाई वा, कागजा कूगजा दिता होय पर ले लिया। ओके सर, दसो की सेवा कर सकदा ताडी मैं? ਭਾਈ ਇੰਸ਼ੋਰੈਂਸ ਵਾਲਿਆਂ ਨੇ ਫੋਨ ਲਾਇਆ, ਇੰਸ਼ੋਰੈਂਸ ਹੀ ਕਰਾਣੀ ਆ ਫਿਰ। ਜੀ ਸਰ ਬਿਲਕੁਲ ਬਿਲਕੁਲ ਸਰ ਬਿਲਕੁਲ। ਹੋਰ ਮੈਂ ਕਾਹਦੀ ਸੇਵਾ ਲੈਣੀ? ਜੀ ਸਰ ਦੱਸੋ ਦੱਸੋ ਸਰ, ਕਿਹਦੀ ਇੰਸ਼ੋਰੈਂਸ ਕਰਨੀ ਹੈ? ਉਹ ਆਪਣਾ 6 ਮਹੀਨੇ ਦਾ ਬੱਚਾ ਵਾ। ਅੱਛਾ ਅੱਛਾ ਅੱਛਾ, ਉਹਦੇ ਫਿਊਚਰ ਵਾਸਤੇ ਤੁਸੀਂ ਕਰਾਣੀ ਹੋਣੀ ਹੈ ਨਾ ਜੀ? ਹਾਂ ਬਸ। ਜੀ ਸਰ ਦੱਸੋ, ਆਹੀ ਆਪਣੀ ਪੰਕ ਇੰਸ਼ੋਰੈਂਸ ਕਰਾਣੀ ਹੈ ਜੀ। ਦੱਸੋ ਆਪਣਾ ਹਿਸਾਬ ਕਿਤਾਬ ਕੀ ਹੁੰਦਾ ਵਾ? ਸਰ ਮੈਨੂੰ ਦੱਸੋਗੇ ਤੁਹਾਡਾ ਪ੍ਰੀਮੀਅਮ ਦਾ ਬਜਟ ਕਿੰਨਾ ਕਾ ਸਰ? ਕਿੰਨੀ ਦੀ ਕਰਾਉਣੀ ਚਾਹੁੰਦੇ ਤੁਸੀਂ? ਆਪਣਾ ਵਾਹੀ 1-2 ਕਰੋੜ ਕਰ ਦਿਓ। 1-2 ਕਰੋੜ ਸਰ? ਹਾਂ ਹਾਂ ਖੁੱਲੇ। ਹਾਂ ਠੀਕ ਹੈ ਸਰ, ਇੱਕ ਮੈਂ ਤੁਹਾਨੂੰ ਦੱਸ ਦਿੰਦਾ, 6 ਮਹੀਨਿਆਂ ਦਾ 1 ਕਰੋੜ ਦਾ ਸਰ ਤੁਹਾਡਾ ਬਣੇਗਾ ਕੋਈ ਸਾਲ ਦਾ 12 ਲੱਖ ਰੁਪਏ ਦਾ ਪ੍ਰੀਮੀਅਮ ਬਣੇਗਾ ਸਰ। ਹਾਂ ਹਾਂ ਕੋਈ ਚੱਕਰ ਨਹੀਂ, ਚੱਲੋ ਚੱਲੋ। ਠੀਕ ਹੈ ਸਰ, ਮੈਂ ਫਿਰ ਤੁਹਾਨੂੰ ਫਾਰਮੈਲਿਟੀਆਂ ਵਟਸਐਪ ਕਰ ਦਵਾਂ ਤੁਸੀਂ? ਵਟਸਐਪ ਜੇ ਅਸੀਂ ਘੱਟ ਹੀ ਚਲਾਉਂਦੇ ਹਾਂ, ਚਲੋ ਕਰ ਦਿਓ ਤੁਸੀਂ। ਮੈਂ ਸਰ ਤੁਹਾਨੂੰ ਦੱਸ ਵੀ ਦਿੰਦਾ, ਤੁਸੀਂ ਬਸ ਇੱਕ ਉਹਦੀ ਫੋਟੋ ਅਤੇ ਇੱਕ ਉਹਦਾ ਪੈਨ ਕਾਰਡ। ਪੈਨ ਕਾਰਡ ਤਾਂ ਬੱਚੇ ਦਾ ਬਣਿਆ ਨਹੀਂ ਹੋਣਾ, ਆਧਾਰ ਕਾਰਡ ਤਾਂ ਬਣ ਹੀ ਗਿਆ ਹੋਣਾ ਨਾ ਸਰ, ਕਿਉਂਕਿ ਬਣ ਜਾਂਦਾ ਨਾ ਆਧਾਰ ਕਾਰਡ। ਇੱਕ ਆਧਾਰ ਕਾਰਡ ਅਤੇ ਬਾਕੀ ਮੈਂ ਆ ਕੇ ਸਾਈਨ ਕਰਾ ਲਵਾਂਗਾ। ਅਤੇ ਤੁਸੀਂ ਪੇਮੈਂਟ ਬਾਏ ਚੈੱਕ ਕਰੋਗੇ ਕਿੱਦਾਂ ਕਰੋਗੇ? ਜਿੱਦਾਂ ਮਰਜ਼ੀ ਕਰ ਦਾਂਗੇ, ਜਿੱਦਾਂ ਕਹੋਗੇ ਮਾਲਕ ਉੱਦਾਂ ਕਰ ਦਾਂਗੇ। ਬਸ ਠੀਕ ਹੈ ਸਰ, ਇੱਕ ਸਾਨੂੰ ਸਾਡੀ ਕੰਪਨੀ ਨਾਲ ਚੈੱਕ ਬਣਾ ਦਿਓ। ਗੱਲ ਦੱਸੋ ਭਾਈ, ਔਰ ਆ ਕਾਲਾ ਰੰਗ ਆ ਚੱਲੂਗਾ? ਕਾਲਾ ਰੰਗ ਸਰ, ਮਤਲਬ ਸਰ ਸਰ ਇੰਸ਼ੋਰੈਂਸ ਦਾ ਨਾ ਰੰਗ ਨਾਲ ਕੋਈ ਮਤਲਬ ਨਹੀਂ ਹੈ, ਅਸੀਂ ਤਾਂ ਇੰਸ਼ੋਰੈਂਸ ਕਰਨੀ ਹੈ। ਕਾਲੇ ਗੋਰੇ ਵਾਲਾ ਤਾਂ ਕੋਈ ਚੱਕਰ ਹੀ ਨਹੀਂ ਹੈ ਸਰ ਇਹਦੇ ਵਿੱਚ। ਉਹ ਭਾਈ ਇੱਕ ਗੱਲ ਹੋਰ ਆ, ਜਿਹੜੀ ਤੂੰ ਫੋਟੋ ਮੰਗੀ ਔਰ ਤੈਨੂੰ ਦੇ ਦਾਂਗੇ ਚੱਲ। ਠੀਕ ਹੈ ਸਰ, ਅਤੇ ਪੈਸੇ ਲੈਣੇ ਚੈੱਕ ਲੈਣੇ ਉਹ ਵੀ ਤੈਨੂੰ ਕਰ ਦਾਂਗੇ। ਜੀ ਸਰ ਜੀ ਸਰ, ਅਤੇ ਜੇ ਗੱਲ ਰਹੀ ਆਧਾਰ ਕਾਰਡ ਦੀ, ਉਹ ਨਹੀਂ ਹੈਗਾ ਉਹਦਾ ਆਧਾਰ ਕਾਰਡ? ਕੋਈ ਗੱਲ ਨਹੀਂ ਸਰ, ਉਹਨੂੰ ਤੁਸੀਂ ਅਪਲਾਈ ਕਰ ਲਓ, ਆ ਜਾਂਦਾ ਵੀਕ ਦੇ ਵਿੱਚ। ਨਹੀਂ ਨਹੀਂ, ਸਰਕਾਰ ਨੇ ਸ਼ੁਰੂ ਨਹੀਂ ਕੀਤਾ। ਨਹੀਂ ਸਰ ਇੱਦਾਂ ਦੀ ਕੋਈ ਗੱਲ ਨਹੀਂ ਹੈ, ਮੈਂ ਬਹੁਤ ਜਣੇ ਦੇ ਬਣਵਾਏ ਨੇ। ਭਰਾਵਾ ਉਹਦਾ ਕਾਲਾ ਰੰਗ ਹੈ, ਦੱਸੀ ਤਾਂ ਜਾਂਦਾ। ਓਹੋ ਸਰ, ਆਧਾਰ ਕਾਰਡ ਨਾਲ ਔਰ ਇੰਸ਼ੋਰੈਂਸ ਨਾਲ ਕਾਲੇ ਰੰਗ, ਕਾਲੇ ਰੰਗ ਦੇ ਇਹਦਾ ਮਗਰ ਨਾ ਪਓ ਜੀ, ਇਹ ਤਾਂ ਰੱਬ ਦਿੱਤੇ ਰੰਗ ਆ ਕਾਲਾ ਅਤੇ ਗੋਰਾ, ਇਹ ਕੋਈ ਗੱਲ ਨਹੀਂ ਸਰ। ਬਸ ਤੁਸੀਂ ਮੈਨੂੰ ਐਡਰੈਸ ਦਿਓ, ਮੈਂ ਆ ਰਿਹਾ ਗੱਡੀ ਲੈ ਕੇ ਤੁਹਾਡੇ ਕੋਲ। ਆ ਜਾਓ ਭਾਈ, ਤੁਹਾਡੀ ਸ਼ਰਧਾ ਬਾਕੀ। ਜੀ ਦੇਖ ਲਓ, ਪਰ ਬਣਨਾ ਨਹੀਂ ਗਾ ਆਧਾਰ ਕਾਰਡ ਜਿੰਨਾ ਮਰਜ਼ੀ। ਕਿਉਂ ਨਹੀਂ ਬਣਨਾ? ਤੁਸੀਂ ਬਾਰ ਬਾਰ ਇੱਕ ਗੱਲ ਕਹੀ ਜਾ ਰਹੇ ਹੋ, ਮੈਨੂੰ ਦੱਸੋ ਤਾਂ ਸਹੀ, ਬਣਨਾ ਕਿਉਂ ਨਹੀਂ ਹੈ? ਭਰਾਵਾ ਤੈਨੂੰ ਜੇ ਮੈਂ ਦੱਸਤਾ ਤੂੰ ਇੱਥੇ ਬਹਿਣਾ ਨਹੀਂ ਫਿਰ। ਨਹੀਂ ਸਰ ਇੱਦਾਂ ਦੀ ਕੋਈ ਗੱਲ ਨਹੀਂ ਹੈ, ਤੁਸੀਂ ਮੈਨੂੰ ਥੋੜਾ ਖੁੱਲ ਕੇ ਦੱਸੋ ਨਾ, ਆਧਾਰ ਕਾਰਡ ਕਿਉਂ ਨਹੀਂ ਬਣਨਾ? ਉਹਦੇ 4 ਲੱਤਾਂ ਨੇ। 4 ਲੱਤਾਂ ਨੇ, ਇੱਕ ਪੂਛ ਵੀ ਆ ਸਰ। ਤੁਸੀਂ ਕਿਹਦੀ ਗੱਲ ਕਰ ਰਹੇ? ਤੁਸੀਂ ਆਪਣੇ ਬੱਚੇ ਦੀ ਗੱਲ ਕਰ ਰਹੇ ਹੋ? ਹਾਂ ਹਾਂ, 6 ਮਹੀਨੇ ਦਾ। ਤੇ ਸਰ 4 ਲੱਤਾਂ ਮਤਲਬ ਪੂਛ, ਉੱਤੋਂ ਕਾਲੇ ਰੰਗ ਦਾ ਵਾ। ਮੈਂ ਸਮਝਿਆ ਨਹੀਂ ਸਰ ਤੁਹਾਡੀ ਗੱਲ। ਵੱਡੇ ਵੱਡੇ ਵਾਲ ਆ ਉਹਦੇ, ਥੋੜੇ ਏਡੇ ਏਡੇ ਹੋਣਗੇ ਆਪਣੇ, 2 ਇੰਚ ਦੇ। ਸਰ ਉਹ ਤਾਂ ਚਲੋ ਬੱਚਿਆਂ ਦੇ ਹੁੰਦੇ ਤੇ, ਸਾਰੇ ਸਰੀਰ ਤੇ ਆ, ਪੂੰਛ ਤੇ ਤਾਂ ਵਾਲ ਹੀ ਆ। ਸਰ ਕਿਹਦੀ ਗੱਲ ਕਰ ਰਹੇ ਤੁਸੀਂ? ਪੂੰਛ ਤੇ ਵਾਲ, ਮਤਲਬ ਗੱਲ ਕਿਹਦੀ ਕਰ ਰਹੇ ਤੁਸੀਂ? ਮੈਂ ਸਮਝ, ਮੈਂ ਆਪਣੇ ਜੈਕੀ ਦੀ ਗੱਲ ਕਰਦਾ। ਜੈਕੀ? ਹਾਂ ਜੀ ਜੈਕੀ, ਪਰ ਉਹਦੀਆਂ, ਉਹਨੂੰ ਮੈਂ ਕਾਲੂ ਵੀ ਕਹਿ ਦਿੰਦਾ ਪਿਆਰ ਨਾਲ। ਸਰ ਤੁਸੀਂ ਆਪਣੇ ਬੱਚੇ ਦੀ ਗੱਲ ਕਰ ਰਹੇ ਹੋ ਨਾ? ਹਾਂ ਹਾਂ ਕਾਲੂ। ਹਾਂਜੀ ਸਰ, ਪਰ ਉਹਦੀਆਂ 4 ਲੱਤਾਂ, ਮੈਨੂੰ ਸਮਝ ਨਹੀਂ ਆ ਰਹੀ ਆਧਾਰ ਕਾਰਡ ਬਣਨਾ। ਉਹ ਰੋਟੀ ਬਹੁਤ ਖਾਂਦਾ ਪਰ। ਸਰ ਉਹਦੇ ਨਾਲ ਮੈਂ, ਉਹ 6 ਮਹੀਨੇ ਬੱਚਾ ਰੋਟੀ ਕਿੱਥੋਂ ਖਾਲੂਗਾ ਸਰ? ਉਹ ਮੀਟ ਤਾਂ ਛੱਡਦਾ ਹੀ ਨਹੀਂ ਭਰਾਵਾ ਉਹ। ਸਰ ਤੁਸੀਂ ਮਜ਼ਾਕ ਕਰ ਰਹੇ ਹੋ ਸ਼ਾਇਦ ਮੇਰੇ ਨਾਲ, ਹੈ ਨਾ?
ਨਹੀਂ ਨਹੀਂ ਭਰਾਵਾ 1 ਕਰੋੜ ਦੀ ਕਰਾਣੀ ਹੈ ਮਜ਼ਾਕ ਦਾ ਕੱਲ ਸਰ ਕਿਹਦੀ ਕਰਾਣੀ ਹੈ ਤੁਸੀਂ ਉਹ ਮੇਰਾ ਕਾਲੂ ਸਰ ਬਾਰ ਬਾਰ ਕਾਲੂ ਕਾਲੂ ਕਰੀ ਜਾ ਰਹੇ ਹੋ ਹੈ ਕੌਣ ਸਰ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਉਹ ਮੇਰਾ ਕੁੱਤਾ ਕੁੱਤਾ ਹਾਂ ਤੁਸੀਂ ਸਰ ਮਜ਼ਾਕ ਕਰ ਰਹੇ ਕੁੱਤੇ ਦੀ ਇੰਸ਼ੋਰੈਂਸ ਕਰਾਣੀ ਹੋਰ ਬੰਦਿਆਂ ਦੀ ਹੋ ਸਕਦੀ ਕੁੱਤੇ ਦੀ ਨਹੀਂ ਹੋ ਸਕਦੀ ਸਰ ਤੁਹਾਨੂੰ ਨਾ ਗਲਤ ਫਹਿਮੀ ਲੱਗ ਗਈ ਆ ਮੈਂ ਅਸੀਂ ਬੰਦਿਆਂ ਦੀ ਹਿਊਮਨ ਬੀਇੰਗ ਦੀ ਇੰਸ਼ੋਰੈਂਸ ਕਰਦੇ ਹਾਂ ਸਰ ਕੁੱਤਿਆਂ ਦੀ ਨਾ ਭਰਾਵਾ ਮੈਨੂੰ ਇੰਸ਼ੋਰੈਂਸ ਚਾਹੀਦੀ ਆ ਤੂੰ ਦੱਸ ਕਦੋਂ ਕਰਕੇ ਦੇਵੇਂਗਾ ਨਹੀਂ ਸਰ ਕੁੱਤੇ ਦੀ ਇੰਸ਼ੋਰੈਂਸ ਨਹੀਂ ਹੋ ਸਕਦੀ ਮੈਂ ਤੈਨੂੰ ਕਹੀ ਜਾਂਦਾ ਉਹਦਾ ਆਧਾਰ ਕਾਰਡ ਨਹੀਂ ਹੈਗਾ ਨਾ ਕੋਈ ਪੈਨ ਕਾਰਡ ਆ ਮੈਨੂੰ ਉਹਦੀ ਇੰਸ਼ੋਰੈਂਸ ਚਾਹੀਦੀ ਆ ਉਹਨੇ ਦੱਸ ਭਰਾਵਾ ਤੂੰ ਕਦੋਂ ਆਉਣਾ ਕਿੰਨੇ ਵਜੇ ਆਉਣਾ ਮੈਂ ਤਿਆਰੀ ਕਰਾਂ ਫਟਾ ਫੁਟਾ ਵੀ ਪਾ ਕੇ ਰੱਖੂ ਤੈਨੂੰ ਆਏ ਨੂੰ ਵੱਢ ਲਵੇ ਮੁੜ ਕੇ ਕਹੇਗਾ ਭਰਾਵਾ ਟੀਕੇ ਲਾ ਕੇ ਨਹੀਂ ਸਰ ਨਹੀਂ ਸਰ ਉਹਦੀ ਇੰਸ਼ੋਰੈਂਸ ਨਹੀਂ ਹੋ ਸਕਦੀ ਤੈਨੂੰ ਕੋਈ ਗਲਤ ਫਹਿਮੀ ਲੱਗ ਗਈ ਹੈ ਤੁਸੀਂ ਸਰ ਫੋਨ ਰੱਖੋ ਨੀਚੇ ਤੁਸੀਂ ਕੁੱਤੇ ਦੀ ਇੰਸ਼ੋਰੈਂਸ ਕੌਣ ਕਰਾਉਂਦਾ ਦੱਸੋ ਫੋਨ ਭਾਈ ਨੀਚੇ ਹੀ ਆ ਉਹ ਸਪੀਕਰ ਤੇ ਲਾਇਆ ਹੋਇਆ ਮੈਂ ਸਰ ਤੁਸੀਂ ਬਹੁਤ ਮਜ਼ਾਕ ਕਰ ਰਹੇ ਹੋ ਮੇਰੇ ਨਾਲ ਮੈਂ ਅਸੀਂ ਬੰਦਿਆਂ ਦੀ ਇੰਸ਼ੋਰੈਂਸ ਕਰਦੇ ਹਾਂ ਕੁੱਤਿਆਂ ਕੋਈ ਜਾਨਵਰਾਂ ਦੀ ਇੰਸ਼ੋਰੈਂਸ ਕੌਣ ਕਰਾਉਂਦਾ ਉਹ ਵੀ ਭਰਾਵਾ ਤੂੰ ਇੱਕ ਗੱਲ ਦੱਸ ਬੰਦਿਆਂ ਦਾ ਦਿਲ ਹੁੰਦਾ ਸਰ ਓਬਵੀਅਸ ਹੁੰਦਾ ਬੰਦਿਆਂ ਦਾ ਦਿਲ ਕਿਉਂ ਨਹੀਂ ਕੁੱਤਿਆਂ ਦਾ ਦਿਲ ਹੁੰਦਾ ਸਰ ਮੈਂ ਕਦੀ ਆਪਰੇਸ਼ਨ ਕਰਕੇ ਦੇਖਿਆ ਨਹੀਂ ਨਾ ਜੀ ਉਹਦਾ ਚਲੋ ਸਰ ਮੈਂ ਤੁਹਾਡੀ ਇੰਸ਼ੋਰੈਂਸ ਕਰ ਦਿੰਦਾ ਉਹ ਕੁੱਤੇ ਦੀ ਸੌਰੀ ਸਰ ਮੈਂ ਨਹੀਂ ਕਰ ਸਕਦਾ ਮੇਰੇ ਵਾਸਤੇ ਨਾ ਭਰਾਵਾ ਤੈਨੂੰ ਮੈਂ ਦੱਸੀ ਆ ਨਾ ਤੂੰ ਐ ਦੱਸ ਕਿੰਨੇ ਵਜੇ ਆਣਾ ਕੱਲ ਨੂੰ ਉਹ ਸਰ ਤਵਾ ਸਰ ਮੈਂ ਤੁਹਾਨੂੰ ਕੀ ਕਹਿ ਰਿਹਾ ਕੁੱਤੇ ਦੀ ਤੁਹਾਡੀ ਕਰ ਦਿੰਦਾ ਸਰ ਤੁਹਾਡੇ ਬੱਚੇ ਦੀ ਕਰ ਦਿੰਦੇ ਆ ਤੁਹਾਡੀ ਵਾਈਫ ਦੀ ਕਰ ਦਿੰਦੇ ਆ ਸਰ ਮੈਂ ਤੈਨੂੰ ਦੱਸੀ ਆ ਨਾ ਭਰਾਵਾ ਨੂੰ ਮੈਂ ਪੁੱਤਾਂ ਵਾਂਗੂ ਪਾਲਿਆ ਐਡਾ ਸਰ ਉਹ ਤੁਹਾਡੀ ਸਰਦਰਦੀ ਹੈ ਨਾ ਤੁਸੀਂ ਪੁੱਤਾਂ ਵਾਂਗੂ ਪਾਲਿਆ ਮਤਲਬ ਸਰ ਇੰਸ਼ੋਰੈਂਸ ਕੰਪਨੀ ਥੋੜੀ ਸਮਝੇਗੀ ਸਰ ਉਹ ਬਗਾਨਿਆਂ ਨੂੰ ਉਹ ਵੱਢ ਲੈਂਦਾ ਧਿਆਨ ਨਾਲ ਆਹੀਂ ਗੇਟ ਖੋਲ ਕੇ ਉਹ ਸਰ ਤੁਸੀਂ ਆਉਣ ਦੀ ਗੱਲ ਕਰਦੇ ਮੈਂ ਤੁਹਾਡਾ ਦੁਬਾਰਾ ਫੋਨ ਨਹੀਂ ਚੱਕਣਾ ਦੱਸ ਕੁੱਤੇ ਦੀ ਇੰਸ਼ੋਰੈਂਸ ਕੌਣ ਕਰਾਉਂਦਾ ਮੈਨੂੰ ਸਰ ਤੁਸੀਂ ਦਵਾਈ ਦਵੂਈ ਲਵੋ ਆਪਣੀ ਕੋਈ ਦਵਾਈ ਭਰਾਵਾ ਮੇਰੀ ਚੱਲਦੀ ਆ ਸਰ ਠੀਕ ਹੈ ਸਰ ਫਿਰ ਉਹਨੂੰ ਬੰਦ ਨਾ ਕਰੋ ਪਲੀਜ਼ ਇਹ ਤਾਂ ਤੁਸੀਂ ਮੇਰਾ ਟਾਈਮ ਵੇਸਟ ਕਰ ਦਿੱਤਾ ਕੁੱਤੇ ਦੀ ਇੰਸ਼ੋਰੈਂਸ ਦੱਸੋ ਮੈਂ ਤਾਂ ਸਰ ਖੁਸ਼ ਹੋ ਗਿਆ 12 ਲੱਖ ਦਾ ਬੀਮਾ ਆ ਗਿਆ ਸਰ ਤੁਸੀਂ ਤਾਂ 2 ਦੀ ਵੀ ਕਰਾ ਲਾਂਗੇ ਚੱਲ 2 ਕਰੋੜ ਦੀ ਕਰਾਤੀ ਸਰ ਹੋਣੀ ਨਹੀਂ ਸਰ ਤੁਸੀਂ ਆਪਣੀ ਕਰਾ ਲਓ ਪਲੀਜ਼ ਮਤਲਬ ਨਹੀਂ ਸਰ ਕੁੱਤੇ ਦੀ ਨਹੀਂ ਇੰਸ਼ੋਰੈਂਸ ਨਹੀਂ ਹੁੰਦੀ ਤੁਹਾਨੂੰ ਗਲਤ ਫਹਿਮੀ ਹੋ ਗਈ ਕੋਈ ਅੱਛਾ ਥੋੜ੍ਹੀ ਹੁੰਦੀ ਆ ਥੋੜ੍ਹੀ ਕਰਾ ਦੇ ਸਰ ਤਾਂ ਤੁਸੀਂ ਤੁਸੀਂ ਸੈੱਟ ਹੋ ਤੁਸੀਂ ਕੋਈ ਪੈਗ ਬੁੱਕ ਤਾਂ ਨਹੀਂ ਲਾਇਆ ਹੋਇਆ ਕੋਈ ਨਾ ਮੈਂ ਸੂਫੀ ਬੰਦਾ ਭਾਈ ਸੂਫੀ ਨਹੀਂ ਸਰ ਸੋਫੀ ਹੁੰਦਾ ਆ ਅੱਛਾ ਅੱਛਾ ਸੋਫੀ ਲਾ ਲਓ ਭਾਈ ਉਹ ਹੁਣ ਖਾਦੀ ਪੀਤੀ ਚ ਹੋ ਜਾਂਦਾ ਸਰ ਠੀਕ ਹੈ ਸਰ ਮੈਂ ਫੋਨ ਥੱਲੇ ਰੱਖ ਰਿਹਾ ਪਲੀਜ਼ ਤੁਸੀਂ ਇੱਦਾਂ ਦਾ ਮਜ਼ਾਕ ਭੱਦਾ ਮਜ਼ਾਕ ਮੇਰੇ ਨਾਲ ਨਾ ਕਰੋ ਸਰ ਅਸੀਂ ਨਾ ਨਾ ਭਾਈ ਇਹ ਭੱਦਾ ਹੈ ਮਜ਼ਾਕ ਥੋੜ੍ਹਾ ਨਾ ਕਰਦੇ ਆ ਭੱਦਾ ਨਹੀਂ ਸਰ ਬਿਲਕੁਲ ਨਹੀਂ ਬਹੁਤ ਗਲਤ ਗੱਲ ਕਰ ਰਹੇ ਤੁਸੀਂ ਸਾਡਾ ਪ੍ਰੋਫੈਸ਼ਨ ਇੱਦਾਂ ਤੁਸੀਂ ਮਜ਼ਾਕ ਨਹੀਂ ਉਡਾ ਸਕਦੇ ਸਰ ਕੁੱਤੇ ਦੀ ਇੰਸ਼ੋਰੈਂਸ ਕੌਣ ਕਰਾਉਂਦਾ ਸਰ ਅਸੀਂ ਕਰਾਉਂਦੇ ਹਾਂ ਭਾਈ ਸਰ ਤੁਸੀਂ ਪਾਗਲ ਹੋਵੋਗੇ ਅਸੀਂ ਥੋੜ੍ਹੀ ਹੈ ਹੈ ਤੁਹਾਨੂੰ ਕਰ ਦਾਂਗੇ ਨਹੀਂ ਸਰ ਉਹ ਕਰ ਹੀ ਰਹੇ ਹੋ ਸਰ ਤੁਸੀਂ ਹੋਰ ਕਰ ਕੀ ਰਹੇ ਹੋ ਸਾਨੂੰ ਮੈਨੂੰ ਪਾਗਲ ਦੱਸ ਕੁੱਤੇ ਦੀ ਇੰਸ਼ੋਰੈਂਸ ਹੈ ਤੁਸੀਂ ਬੇਵਕੂਫ ਮੈਨੂੰ ਤਾਂ ਤੁਹਾਡੀ ਬੋਲੀ ਤੇ ਪਤਾ ਲੱਗ ਗਿਆ ਤੁਸੀਂ ਪੜ੍ਹੇ ਲਿਖੇ ਵੀ ਨਹੀਂ ਹੈਗੇ ਕਿੰਨੇ ਕਹਿਤਾ ਸਰ ਤੁਹਾਡੀ ਗੱਲਾਂ ਤੋਂ ਪਤਾ ਲੱਗ ਰਿਹਾ ਇੱਥੇ ਭਾਈ ਕਦੀ ਦੇਖਿਆ ਤੂੰ ਐਡੇ ਜਾਹਿਲ ਇਨਸਾਨ ਹੀ ਸਰ ਆਪਣੇ ਕੁੱਤੇ ਦੀ ਇੰਸ਼ੋਰੈਂਸ ਕਰਾ ਸਕਦਾ ਭਾਈ ਤੂੰ ਮੈਨੂੰ ਦੇਖਿਆ ਕਦੀ ਸਰ ਤੁਹਾਡੀ ਆਪਣੀ ਇੰਸ਼ੋਰੈਂਸ ਹੈ ਹੋਰ ਕਿੰਨੇ ਦੀ ਸਰ ਉਹ ਤੂੰ ਭਾਈ ਮੇਰੀ ਛੱਡ ਉਹ ਕੁੱਤੇ ਦੀ ਦੱਸ ਕਦੋਂ ਕਰਨੀ ਹੈ ਤੂੰ ਉਹ ਸਰ ਮੈਂ ਨਹੀਂ ਕਰ ਸਕਦਾ ਸੋਰੀ ਮੈਂ ਤੈਨੂੰ ਦੱਸੀ ਆ ਨਾ ਮੈਂ ਤੇਰੇ ਵੱਡੇ ਅਫਸਰ ਨੂੰ ਫੜ ਲੈਣਾ ਫਿਰ ਤੁਸੀਂ ਸਰ ਮੈਂ ਕਹਿੰਦਾ ਜੀ ਜਿਹਨੂੰ ਮਰਜ਼ੀ ਫੜ ਲਓ ਇਹ ਮੈਂ ਇਹ ਨਹੀਂ ਹੋਣੀ ਮੈਂ ਤੁਹਾਡੇ ਦਫ਼ਤਰ ਲਿਆਉਂਗਾ ਤੁਸੀਂ ਸਰ ਮੈਂ ਉੱਥੇ ਆ ਕੇ ਖੁੱਲਾ ਛੱਡ ਦੇਣਾ ਫਿਰ ਮੈਂ ਸਰ ਮੇਰਾ ਕੋਈ ਦਫ਼ਤਰ ਹੀ ਨਹੀਂ ਹੈ ਸਰ ਮੈਂ ਅਸੀਂ ਤਾਂ ਅਦਰ ਰੋਡ ਤੇ ਤੁਰੇ ਫਿਰਦੇ ਹਾਂ ਸਰ ਇਹ ਧੱਕੇ ਖਾਂਦੇ ਹੋ ਨਹੀਂ ਸਰ ਧੱਕੇ ਕਿਉਂ ਖਾਂਦੇ ਆ ਅਸੀਂ ਬੰਦਿਆਂ ਦੀ ਇੰਸ਼ੋਰੈਂਸ ਕਰਦੇ ਆ ਅਸੀਂ ਕੁੱਤਿਆਂ ਦੀ ਇੰਸ਼ੋਰੈਂਸ ਥੋੜੀ ਕਰਦੇ ਆ ਭਰਾਵਾ ਮੈਂ ਸੜਕ ਤੇ ਲੈ ਆਉਂਗਾ ਸਰ ਤੁਸੀਂ ਆਪ ਸੜਕ ਤੇ ਆ ਜਾਓ ਜੋ ਮਰਜ਼ੀ ਕਰੋ ਮੈਨੂੰ ਕੋਈ ਇਹਨਾਂ ਕੋਈ ਮਤਲਬ ਨਹੀਂ ਹੈ ਪਲੀਜ਼ ਮੇਰਾ ਟਾਈਮ ਨਾ ਵੇਸਟ ਕਰੋ ਤੁਸੀਂ ਸਰ ਥੈਂਕ ਯੂ ਨਾ ਹੈਲੋ ਉਹ ਮੁੰਡਿਆ ਗੱਲ ਸੁਣ ਲਾ ਉਹ ਨਹੀਂ ਸਰ ਮੈਂ ਤੁਹਾਡੀ ਸੁਪਨੇ ਚ ਵੀ ਨਾ ਗੱਲ ਸੁਣਿਆ ਤੁਸੀਂ ਮੈਨੂੰ ਫੋਨ ਤੇ ਗੱਲ ਸੁਣਨ ਨੂੰ ਕਹਿ ਰਹੇ ਹੋ ਸੁਣ ਲਾ ਬਾਬੇ ਮੇਰੀ ਉਹ ਨਹੀਂ ਸਰ ਓਕੇ ਬਾਏ ਮੈਂ ਫੋਨ ਥੱਲੇ ਕਰਨ ਜਾ ਰਿਹਾ ਰੱਖਣ ਜਾ ਰਿਹਾ ਉਹ ਮੇਰਾ ਕੁੱਤਾ ਮੈਂ ਫਿਰ ਕਿੱਦਾਂ ਸਲਾਮ ਪਾਰਟ ਚ ਜਾਵੇ ਤੁਹਾਡਾ ਕੁੱਤਾ ਤੇ ਤੁਸੀਂ ਵੀ ਮੈਨੂੰ ਬਖਸ਼ੋ ਮੈਂ ਤੁਹਾਡੇ ਕੁੱਤੇ ਦੀ ਇੰਸ਼ੋਰੈਂਸ ਨਹੀਂ ਕਰ ਸਕਦਾ ਆ ਦੇਖੋ ਮੈਂ ਫੋਨ ਤੇ ਵੀ ਜੋੜੇ ਤੁਹਾਨੂੰ ਹੱਥ ਸਤਿ ਸ੍ਰੀ ਅਕਾਲ ਬਾਏ ਹੈਲੋ ਉਹ ਮੇਰੇ ਮੁੰਡਿਆ ਗੱਲ ਸੁਣ ਲਾ ਤੂੰ ਅੱਜ ਫੇਰ ਕੱਟਿਆ ਗਿਆ ਭਰਾਵਾ ਯਾਰ ਏਦਾਂ ਕਦੋਂ ਹੁੰਦਾ ਆਪਣੇ ਨਾਲ ਕੋਲ ਹੀ ਕੱਟ ਜਾਂਦੇ ਆ ਬੰਦੇ ਬਾਹਲਾ ਬਾਹਲਾ ਪਰੇਸ਼ਾਨ ਕਰ ਦਿੰਦੇ ਆ ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ ਬਾਏ ਬਾਏ ਕਿੱਦਾਂ ਲੱਗੀ ਜੀ ਵੀਡੀਓ ਜਿੱਦਾਂ ਤੁਹਾਨੂੰ ਸਟਾਰਟਿੰਗ ਦੱਸ ਚੁੱਕਾ ਸੀ ਮੈਂ ਪੂਰਾ ਅੱਜ ਮਜ਼ਾ ਆਉਣਾ ਪ੍ਰੈਂਕ ਕਾਲ 'ਚ ਮੈਨੂੰ ਤਾਂ ਬਹੁਤ ਮਜ਼ਾ ਆਇਆ ਵੀ
ਮੈਨੂੰ ਕਰਦੇ ਨੂੰ ਇੰਨਾ ਮਜ਼ਾ ਆਇਆ, ਤੁਹਾਨੂੰ ਦੇਖਦੇ ਨੂੰ ਕਿੰਨਾ ਆਇਆ ਹੋਣਾ। ਥੱਲੇ ਕਮੈਂਟ ਕਰਕੇ ਦੱਸ ਦਿਓ, ਜਿਹੜੇ ਨਵੇਂ ਆ ਚੈਨਲ ਦੇ ਸਬਸਕ੍ਰਾਈਬ ਕਰ ਲਓ, ਅਤੇ ਥੱਲੇ ਡਿਸਕ੍ਰਿਪਸ਼ਨ 'ਚ ਇੰਸਟਾਗ੍ਰਾਮ ਦਾ ਲਿੰਕ ਵੀ ਦਿੱਤਾ ਆ, ਉੱਥੇ ਕਰ ਲਓ ਭਾਈ ਫੋਲੋ, ਤੁਹਾਡੇ ਫੋਲੋਵਰ ਇੱਕ ਅੱਧਾ ਵੱਧ ਜੂਗਾ, ਅਤੇ ਇੱਦਾਂ ਦੀ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਮਿਲਦੇ ਨਵੀਂ ਵੀਡੀਓ ਲੈ ਕੇ, ਬਾਏ ਬਾਏ।